पिंगल पर्वत पार परे खल चतर बकीता अंदले त्रिभवन सूझया गुर भेट पुनीता। वाहिगुरु जी का खालसा वाहिगुरु जी की फतेह। धन धन साहिब श्री गुरु हरकृष्ण साहिब महाराज जी का पावन अस्थान गुरद्वारा श्री पंजोखरा साहिब जिथे धन साहिब श्री गुरु हरकृष्ण साहिब महाराज जी ने गूंगे बोले छजू झीवर ते कृपा करके भगवत गीता दे अर्थ करवाए अते पंडित लाल चंद दा हंकार तोड़िया। यह पावन स्थान अंबाले तो तकरीबन 6-7 किलोमीटर ते अंबाला नारायणगढ़ रोड ते सुभाएमान है। पंजोखरा साहिब नगर दा इतिहास कुछ पुराने बजुर्ग यूं दसदे हन कि द्वापर युग विच अपने बनवास दौरान पंज पांडव इस जगह ते ठहरे सन। ਇੱਥੇ ਪੰਜ ਪੋਖਰ ਹੋਣ ਕਰਕੇ ਇਸ ਜਗ੍ਹਾ ਦਾ ਨਾਮ ਪੰਜੋਖਰਾ ਪੈ ਗਿਆ। ਧੰਨ ਸਾਹਿਬ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਮੁਬਾਰਕ ਚਰਨ ਪਾ ਕੇ ਇਸ ਪੰਜੋਖਰੇ ਨਗਰ ਨੂੰ ਪੰਜੋਖਰਾ ਸਾਹਿਬ ਬਣਾ ਦਿੱਤਾ। ਧੰਨ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਘਰ 1713 ਬਿਕਰਮੀ ਸਾਵਨ ਵਦੀ 9 ਨੂੰ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ 3 ਘੜੀ ਦੇ ਅੰਮ੍ਰਿਤ ਵੇਲੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਪਾਵਨ ਕੁੱਖ ਤੋਂ ਅਵਤਾਰ ਧਾਰਿਆ। ਧੰਨ ਸਾਹਿਬ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਜੀ ਨੇ ਨਾਮ ਸ਼੍ਰੀ ਹਰਕ੍ਰਿਸ਼ਨ ਜੀ ਰੱਖਿਆ। 7ਵੇਂ ਪਾਤਸ਼ਾਹ ਜੀ ਨੇ ਗੁਰਿਆਈ ਦੇ ਲਾਇਕ ਜਾਣ ਕੇ 1718 ਕੱਤਕ ਵਦੀ 9 ਨੂੰ ਗੁਰਤਾ ਗੱਦੀ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਬਖਸ਼ੀ। ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਗੁਰਤਾ ਗੱਦੀ ਪਾ ਕੇ ਅਨੰਤ ਜੀਵਾਂ ਦਾ ਉਧਾਰ ਕੀਤਾ। ਜਿਵੇਂ ਚੜ੍ਹਦਾ ਸੂਰਜ ਹਨੇਰਾ ਮੁਕਾ ਦਿੰਦਾ ਹੈ, ਤਿਵੇਂ ਗੁਰੂ ਸਾਹਿਬ ਜੀ ਨੇ ਬਾਲਕ ਅਵਸਥਾ ਵਿੱਚ ਸਤਨਾਮ ਦਾ ਉਪਦੇਸ਼ ਦੇ ਕੇ ਸਿੱਖਾਂ ਦੇ ਅਗਿਆਨ ਦਾ ਹਨੇਰਾ ਮੇਟ ਦਿੱਤਾ। 8ਵੇਂ ਪਾਤਸ਼ਾਹ ਜੀ ਨੇ 2 ਸਾਲ ਕੀਰਤਪੁਰ ਸਾਹਿਬ ਰਹਿ ਕੇ ਸੰਗਤਾਂ ਨੂੰ ਉਤਾਰਿਆ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਵੱਡੇ ਭਰਾ ਬਾਬਾ ਰਾਮ ਰਾਏ ਜੀ ਜੋ ਤੁਕ ਬਦਲਣ ਕਰਕੇ ਬੇਮੁੱਖ ਹੋ ਚੁੱਕੇ ਸਨ, ਉਹਨਾਂ ਨੇ ਔਰੰਗਜ਼ੇਬ ਨੂੰ ਸਿਖਾਲ ਕੇ 8ਵੇਂ ਪਾਤਸ਼ਾਹ ਜੀ ਦੀ ਕਰਾਮਾਤਾਂ ਵੇਖਣੀਆਂ ਚਾਹੀਆਂ। ਪਰ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਣ ਸੀ ਕਿ ਔਰੰਗੇ ਨੂੰ ਨਾ ਆਪ ਵੇਖਣਾ ਅਤੇ ਨਾ ਹੀ ਆਪਣਾ ਦਰਸ਼ਨ ਦੇਣਾ। ਰਾਜਾ ਜੈ ਸਿੰਘ ਜੈਪੁਰੀਆ ਦੇ ਪਰਸ਼ੁਰਾਮ ਪ੍ਰਧਾਨ ਨੇ 8ਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਕੇ ਦਿੱਲੀ ਜਾਣ ਲਈ ਮਨਾ ਲਿਆ। ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਪਾਲਕੀ 'ਚ ਸਵਾਰ ਹੋ ਕੇ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੋਂ ਚੱਲ ਕੇ ਇਸ ਨਗਰ ਪੰਜੋਖਰਾ ਸਾਹਿਬ ਵਿਖੇ ਮਾਘ ਸੁਦੀ 7 ਸੰਮਤ 1720 ਨੂੰ ਪਹੁੰਚੇ। ਸਾਰੀ ਸੰਗਤ ਸਤਿਗੁਰੂ ਜੀ ਨਾਲ ਹੀ ਆਈ ਅਤੇ ਹੋਰ ਕਾਬਲ ਤੋਂ ਆਈ ਸੰਗਤ ਨੇ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ। 8ਵੇਂ ਪਾਤਸ਼ਾਹ ਜੀ ਇਸ ਅਸਥਾਨ 'ਤੇ 3 ਦਿਨ ਠਹਿਰੇ। ਇਸ ਪਾਵਨ ਤਖ਼ਤ 'ਤੇ ਗੁਰੂ ਸਾਹਿਬ ਜੀ ਦਾ ਪਾਵਨ ਦਰਬਾਰ ਸਜਿਆ ਹੋਇਆ ਹੈ। ਸੰਗਤਾਂ ਦੂਰੋਂ ਨੇੜਿਓਂ 8ਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੀਆਂ ਹਨ। ਗਰੀਬ ਨਿਵਾਸ ਸਤਿਗੁਰੂ ਧੰਨ ਧੰਨ ਸਤਿਗੁਰੂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਸਾਰੀ ਸੰਗਤ ਨੂੰ ਸਤਨਾਮ ਦਾ ਉਪਦੇਸ਼ ਦੇ ਕੇ ਨਿਵਾਜ ਰਹੇ ਹਨ। ਇਸੇ ਪਿੰਡ ਦਾ ਇੱਕ ਲਾਲ ਚੰਦ ਨਾਮੀ ਪੰਡਿਤ ਜੋ ਕਿ ਬਹੁਤ ਵੱਡਾ ਵਿਦਵਾਨ ਸੀ ਅਤੇ ਆਪਣੀ ਵਿਦਿਆ ਦਾ ਬਹੁਤ ਹੰਕਾਰ ਮਾਣ ਕਰਦਾ ਸੀ। ਸੰਗਤਾਂ ਤਾਂ ਇਕੱਠ ਵੇਖ ਕੇ ਇੱਕ ਸਿੱਖ ਨੂੰ ਪੁੱਛਣ ਲੱਗਾ, ਕਹਿਣ ਲੱਗਾ ਇਹ ਕੌਣ ਹਨ? ਤਾਂ ਸਿੱਖ ਕਹਿਣ ਲੱਗਾ, ਜੀ ਪੰਡਿਤ ਜੀ, ਇਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ 8ਵੀਂ ਜੋਤ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਹਨ। ਪੰਡਿਤ ਕਹਿਣ ਲੱਗਾ, ਦੁਆਪਰ ਯੁੱਗ ਵਿੱਚ ਭਗਵਾਨ ਕ੍ਰਿਸ਼ਨ ਜੀ ਹੋਏ ਹਨ, ਨਾ ਤਾਂ ਇਹਨਾਂ ਨੇ ਉਹਨਾਂ ਤੋਂ ਵੀ ਵੱਡਾ ਰਖਾਇਆ ਹੋਇਆ ਹੈ। ਭਗਵਾਨ ਕ੍ਰਿਸ਼ਨ ਜੀ ਨੇ ਤਾਂ ਭਗਵਤ ਗੀਤਾ ਦਾ ਉਚਾਰਨ ਕੀਤਾ ਸੀ, ਭਾਵੇਂ ਉਹਦੇ ਅਰਥ ਵੀ ਨਾ ਕਰ ਸਕਣ। ਸਿੱਖ ਨੂੰ ਇਹ ਸੁਣ ਕੇ ਬਹੁਤ ਗੁੱਸਾ ਆਇਆ ਅਤੇ ਕਹਿਣ ਲੱਗਾ, ਪੰਡਿਤ ਜੀ, ਇਹ ਸਾਰੀ ਸ੍ਰਿਸ਼ਟੀ ਦੇ ਮਾਲਕ ਹਨ, ਆਮ ਮਨੁੱਖ ਤਾਂ ਕੀ, ਅੱਤ ਦਰਜੇ ਦਾ ਕੋਈ ਮੂਰਖ ਮਨੁੱਖ ਵੀ ਹੋਵੇ ਨਾ, ਉਸ ਨੂੰ ਵੀ ਵਿੱਦਿਆ ਦੀ ਦਾਤ ਬਖਸ਼ ਦੇਣਗੇ। ਪੰਡਿਤ ਕਹਿਣ ਲੱਗਾ, ਮੈਨੂੰ ਇਹਨਾਂ ਦੇ ਦਰਸ਼ਨ ਕਰਾਵੋ। ਤਾਂ ਸਿੱਖ ਗੁਰੂ ਸਾਹਿਬ ਜੀ ਕੋਲ ਲੈ ਕੇ ਗਿਆ। 8ਵੇਂ ਪਾਤਸ਼ਾਹ ਨੂੰ
पंडित लाल चंद ने सारी गल दोहराई। गुरु हरकृष्ण साहिब जी कहन लगे, पंडित जी जे असी भगवत गीता दे अर्थ कीते तां तुहाडे मन दा शंका निवृत्त नहीं होना। तुसी इस तरह करो, पिंड विच किसे भी मनुख नूं ले आवो। धन श्री गुरु नानक साहिब जी की कृपा नाल भगवत गीता दे अर्थ उस कोलों करवा देवांगे। ये सुन के पंडित लाल चंद अपने मन विच बहुत खुश होया अते अपनी चतराई सियाणप वरत के पिंड विचों छज्जू झीवर नामी मनुख नूं, जो जन्म तो ही गूंगा अते बोला सी, उस नूं लै के आया अते अठवें पातशाह जी नूं कहण लगा, इहदे कोलों अर्थ करावो। अठवें पातशाह साहिब श्री गुरु हरकृष्ण साहिब महाराज जी भाई छज्जू झीवर नूं वेख के मुस्कुराए अते अपने पावन मुबारक चरण इस स्थान इस सरोवर विच पाए अते भाई छज्जू झीवर दा इशनान कराया, संगत विच बिठाल दिता। अठवें पातशाह जी ने भाई छज्जू दे सिर ते छिटी रखी अते कृपा दृष्टि कीती तां झट ही भाई छज्जू बोलन लगा अते कहन लगा, पंडित जी पुछो किहड़े सलोक दे अर्थ पुछणे हन। ਇਹ ਕੌਤਕ ਵੇਖ ਕੇ ਪੰਡਿਤ ਲਾਲ ਚੰਦ ਹੈਰਾਨ ਰਹਿ ਗਿਆ ਅਤੇ ਮਨ ਵਿੱਚ ਬਹੁਤ ਡਰ ਗਿਆ। ਡਰਦੇ ਡਰਦੇ ਨੇ ਜਦੋਂ ਸਲੋਕ ਉਚਾਰਨ ਕੀਤਾ ਤਾਂ ਉਹ ਸ਼ੁੱਧ ਉਚਾਰਨ ਨਹੀਂ ਹੋਇਆ ਤਾਂ ਭਾਈ ਛੱਜੂ ਜੀ ਕਹਿਣ ਲੱਗੇ, ਪੰਡਿਤ ਜੀ ਤੁਸੀਂ ਸਲੋਕ ਦਾ ਉਚਾਰਨ ਸ਼ੁੱਧ ਨਹੀਂ ਕਰ ਰਹੇ, ਇਹਦਾ ਸ਼ੁੱਧ ਉਚਾਰਨ ਇਉਂ ਹੈ। ਪੰਡਿਤ ਲਾਲ ਚੰਦ ਦਾ ਹੰਕਾਰ ਟੁੱਟ ਗਿਆ ਅਤੇ ਹੱਥ ਜੋੜ ਕੇ ਅੱਠਵੇਂ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ। ਕਹਿਣ ਲੱਗਾ, ਗਰੀਬ ਨਿਵਾਜ ਮੈਨੂੰ ਬਖਸ਼ ਲਵੋ। ਜਿਸ ਤਰ੍ਹਾਂ ਆਪ ਜੀ ਨੇ ਭਾਈ ਛੱਜੂ ਦੇ ਸਿਰ 'ਤੇ ਕਿਰਪਾ ਕਰਕੇ ਭਾਈ ਛੱਜੂ ਨੂੰ ਬ੍ਰਹਮ ਗਿਆਨ ਦੀ ਦਾਤ ਦਿੱਤੀ, ਮੇਰੇ 'ਤੇ ਵੀ ਤਰਸ ਕਰੋ, ਮੈਨੂੰ ਵੀ ਆਪਣਾ ਸਿੱਖ ਬਣਾ ਲਵੋ। ਅੱਠਵੇਂ ਪਾਤਸ਼ਾਹ ਜੀ ਨੇ ਪੰਡਿਤ ਲਾਲ ਚੰਦ ਨੂੰ ਆਪਣਾ ਸਿੱਖ ਬਣਾ ਲਿਆ ਅਤੇ ਭਾਈ ਛੱਜੂ ਨੂੰ ਹੁਕਮ ਕੀਤਾ ਕਿ ਤੁਸੀਂ ਜਗਨਨਾਥਪੁਰੀ ਜਾ ਕੇ ਸਿੱਖੀ ਦਾ ਪ੍ਰਚਾਰ ਕਰੋ। ਅਗਲੇ ਦਿਨ ਮਾਘ ਸੁਦੀ 9 ਨੂੰ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਜਾਣ ਲਈ ਤਿਆਰੀ ਕੀਤੀ ਤਾਂ ਸਾਰੀ ਸੰਗਤ ਵੀ ਤਿਆਰ ਹੋ ਗਈ। ਇਹ ਵੇਖ ਕੇ ਗੁਰੂ ਸਾਹਿਬ ਜੀ ਰੇਤੇ ਦਾ ਢੇਰ ਲਾਉਣ ਲੱਗੇ ਅਤੇ ਨਿਸ਼ਾਨ ਗੱਡਿਆ, ਜੋ ਹੁਣ ਇਸ ਜਗ੍ਹਾ ਨਿਸ਼ਾਨ ਸਾਹਿਬ ਝੂਲ ਰਿਹਾ ਹੈ। ਇਸ ਤਖ਼ਤ 'ਤੇ ਬੈਠ ਕੇ ਸਤਿਗੁਰੂ ਸਾਰੀ ਸੰਗਤ ਨੂੰ ਬਚਨ ਕਰਨ ਲੱਗੇ, ਕਹਿਣ ਲੱਗੇ, ਜਿਨ੍ਹਾਂ ਵੀ ਸਾਨੂੰ ਕੁਝ ਅਰਪਣਾ ਹੈ ਉਹ ਇਸ ਜਗ੍ਹਾ ਭੇਟਾ ਕਰੇ, ਲੰਗਰ ਚਲਾਵੇ, ਅਸੀਂ ਪ੍ਰਵਾਨ ਕਰਾਂਗੇ। ਅਸਾਂ ਨੂੰ ਸਦਾ ਅੰਗ ਸੰਗ ਜਾਣਨਾ, ਅੱਗੇ ਦਿੱਲੀ ਨੂੰ ਸਾਡੇ ਨਾਲ ਪੰਜ ਸਿੱਖ, ਭਾਈ ਸੰਤ ਰਾਮ, ਭਾਈ ਸੰਗਤੀਆ, ਭਾਈ ਮਤੀ ਰਾਮ, ਭਾਈ ਗੁਰਦਿੱਤਾ ਬ੍ਰਿਧ ਬੰਸ ਵਿੱਚੋਂ ਭਾਈ ਗੁਰਬਖਸ਼ ਅਤੇ ਮਾਤਾ ਕ੍ਰਿਸ਼ਨ ਕੌਰ ਜੀ ਜਾਣਗੇ। ਬਾਕੀ ਸਾਰੀ ਸੰਗਤ ਪਿੱਛੋਂ ਆਪਣੇ ਘਰੀਂ ਜਾਵੇ, ਨਾਮ ਜਪੇ, ਇਉਂ ਆਗਿਆ ਕੀਤੀ ਅਤੇ ਦਿੱਲੀ ਨੂੰ ਚਾਲੇ ਪਾ ਦਿੱਤੇ। ਅੱਠਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਦਿੱਲੀ ਦੀ ਸੰਗਤ ਨੂੰ ਦਰਸ਼ਨ ਦਿੱਤੇ। ਕੁਝ ਸਮਾਂ ਪਾ ਕੇ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਨੇ ਆਪਣੇ ਆਪ ਨੂੰ ਬੁਖਾਰ ਚੜ੍ਹਾਇਆ, ਸੀਤਲਾ ਕੱਢੀ ਅਤੇ ਸੰਗਤ ਨੂੰ ਵੇਖ ਕੇ ਬਚਨ ਕਰਨ ਲੱਗੇ, ਸੰਗਤ ਜੀ ਭਾਣਾ ਮੰਨੋ, ਨਾਮ ਜਪੋ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹੋ। 5 ਪੈਸੇ ਅਤੇ ਨਾਰੀਅਲ ਲੈ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧਿਆਨ ਧਰ ਕੇ ਗੁਰਿਆਈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸੌਂਪੀ। 5 ਪੈਸੇ ਅਤੇ ਨਾਰੀਅਲ ਭਾਈ ਗੁਰਦਿੱਤਾ ਜੀ ਨੂੰ ਦਿੱਤਾ ਅਤੇ ਬਚਨ ਕੀਤਾ, ਬਾਬਾ ਬਸੇ ਗ੍ਰਾਮ ਬਕਾਲੇ। ਆਪ ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੰਗਤ ਤੋਂ ਕੀਰਤਨ ਕਰਵਾ ਕੇ 1721 ਚੇਤ ਸੁਦੀ 14 ਨੂੰ ਜੋਤੀ ਜੋਤ ਸਮਾਏ, ਆਪਣੇ ਪਰਮ ਧਾਮ ਸੱਚਖੰਡ ਅਸਥਾਨ ਵਿਖੇ ਨਿਰੰਕਾਰ ਵਿੱਚ ਅਭੇਦ ਹੋ ਗਏ। ਧੰਨ ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਾਰੀ ਉਮਰ 8 ਸਾਲ 9 ਮਹੀਨੇ 19 ਦਿਨ ਜਗਤ ਤਾਰਿਆ ਅਤੇ 2 ਸਾਲ 5 ਮਹੀਨੇ 19 ਦਿਨ ਗੁਰਤਾ ਗੱਦੀ 'ਤੇ ਬਿਰਾਜਮਾਨ ਰਹੇ। ਅੱਜ ਵੀ ਅੱਠਵੇਂ ਪਾਤਸ਼ਾਹ ਪੰਜੋਖਰਾ ਸਾਹਿਬ ਵਿੱਚ ਗੂੰਗੇ ਬੋਲਿਆਂ ਨੂੰ ਜ਼ੁਬਾਨਾਂ ਬਖਸ਼ਦੇ ਹਨ ਅਤੇ ਦੁਖੀਆਂ ਦੇ ਦੁੱਖ ਦੂਰ ਕਰਦੇ ਹਨ। ਇਸ ਪਾਵਨ ਅਸਥਾਨ 'ਤੇ
ਮਾਘ ਸੁਦੀ 7-8-9 ਨੂੰ ਅਤੇ ਸਾਵਣ ਵਦੀ 9 ਨੂੰ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ। ਸੋ ਆਓ ਆਪਾਂ ਸਾਰੇ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ ਕਿ ਸਤਿਗੁਰੂ ਸਾਨੂੰ ਵੀ ਬ੍ਰਹਮ ਵਿੱਦਿਆ ਦੀਆਂ ਦਾਤਾਂ ਬਖਸ਼ਿਸ਼ ਕਰੋ, ਸਾਡੇ 'ਤੇ ਵੀ ਕਿਰਪਾ ਕਰੋ, ਇਸ ਭਿਆਨਕ ਮਹਾਂਮਾਰੀ ਤੋਂ ਪੂਰੇ ਸੰਸਾਰ ਦੀ ਰੱਖਿਆ ਕਰੋ, ਸਭ ਨੂੰ ਆਪਸੀ ਪ੍ਰੇਮ ਭਾਵਨਾ ਸਮੱਤ ਬਖਸ਼ਿਸ਼ ਕਰੋ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।